ਭਾਰਤ ਦੀ ਆਜ਼ਾਦੀ ਲਈ ਜੇਕਰ ਇੱਕ ਵੱਡਾ ਸੰਘਰਸ਼ ਹਿੰਦੁਸਤਾਨ ਵਿੱਚ ਜਵਾਨ ਹੋ ਚੁੱਕਾ ਸੀ ਤਾਂ ਵਿਦੇਸ਼ਾਂ ਵਿੱਚ ਗੁਲਾਮੀ ਦੀ ਗਲਾਤਰ ਵਿੱਚ ਸੜ ਰਹੇ ਭਾਰਤੀ ਮੂਲ ਦੇ ਲੋਕ ਵੀ ਹੁਣ ਗਦਦ ਰਸਤੇ ਤੁਰ ਪਏ ਸਨ। ਜੇਕਰ ਹਿੰਦੁਸਤਾਨ ਵਿੱਚ ਆਜ਼ਾਦੀ ਦੇ ਨਾਮ 'ਤੇ ਕਈ ਸੂਰਮਿਆਂ ਨੇ ਹੱਸ ਕੇ ਫਾਂਸੀ ਦੇ ਰਸਤਿਆਂ ਨੂੰ ਚੁੰਮਿਆ ਤਾਂ ਵੈਨਕੂਵਰ ਦੀ ਧਰਤੀ 'ਤੇ ਵੀ ਕੁਝ ਅਜਿਹੇ ਸੂਰਮੇ ਨਸਲਵਾਦ ਅਤੇ ਗੁਲਾਮੀਅਤ ਨੂੰ ਖਤਮ ਕਰਨ ਲਈ ਪਿਛਲੀ ਕਤਾਰ ਦੀ ਬਜਾਏ ਕੁਰਬਾਨੀ ਵਾਸਤੇ ਪਹਿਲੀ ਕਤਾਰ ਵਿੱਚ ਖੜ੍ਹੇ ਉਸ ਦਿਨ ਦੀ ਉਡੀਕਵੇ ਸਨ ਜਦ ਉਹ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਸਕਣ ਅਤੇ ਇਹੀ ਸੂਰਮੇ ਕੈਨੇਡਾ ਦੇ ਗਦਰੀ ਯੋਧੇ ਅਖਵਾਏ। ਜੱਜ ਸਾਹਿਬ, ਮੇਰਾ ਨਾਮ ਮੇਬਾ ਸਿੰਘ ਹੈ। ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ। ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿ ਸਾਨੂੰ ਵੈਨਕੂਵਰ ਵਿੱਚ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਿੱਖਾਂ ਦੇ ਦੁਸ਼ਮਣ ਰੀੜ ਅਤੇ ਹਪਕਣ ਸੰਦੇ ਇਸ਼ਾਰਿਆਂ 'ਤੇ ਬੇਲਾ ਸਿੰਘ ਨੇ ਸਾਡੇ ਗੁਰਦੁਆਰੇ ਦੇ ਅੰਦਰ ਵੜ ਕੇ ਭਾਈ ਭਾਗ ਸਿੰਘ, ਭਾਈ ਬਦਨ ਸਿੰਘ ਦਾ ਦਿਨ ਦਿਹਾੜੇ ਕਤਲ ਕਰਕੇ ਸਾਡੇ ਗੁਰਦੁਆਰੇ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ। ਜੱਜ ਸਾਹਿਬ, ਜੇਕਰ ਤੁਹਾਡੇ ਚਰਚ ਵਿੱਚ ਅਜਿਹਾ ਵਾਪਰਿਆ ਹੁੰਦਾ ਕਿ ਤੁਸੀਂ ਇਸ ਨੂੰ ਜੜ ਸਕਦੇ ਸੀ। ਮੈਂ ਵੀ ਬਰਦਾਸ਼ਤ ਨਹੀਂ ਕਰ ਸਕਿਆ, ਮੇਰੇ ਸੀਨੇ ਅੰਦਰ ਅੱਗ ਲੱਗ ਗਈ। ਮੈਂ ਆਪਣੇ ਧਰਮ ਅਤੇ ਆਪਣੇ ਭਾਈਚਾਰੇ ਦੀ ਇੱਜ਼ਤ ਦੀ ਖਾਤਰ ਉਸ ਦੁਸ਼ਟ ਦਾ ਕਤਲ ਕੀਤਾ ਹੈ ਜਿਸ ਦਾ ਮੈਨੂੰ ਪੂਰਾ ਵੀ ਅਫਸੋਸ ਨਹੀਂ ਹੈ। ਹਿੰਦੁਸਤਾਨ ਦੀ ਆਜ਼ਾਦੀ ਲਈ ਆਪਾਂ ਕਹਿ ਸਕਦੇ ਹਾਂ ਜਾਂ ਸਾਡੇ ਕੌਮ ਦੇ ਲਈ, ਉਹ ਤਾਂ ਇੱਥੇ ਸਭ ਤੋਂ ਪਹਿਲਾਂ ਭਾਈ ਭਾਗ ਸਿੰਘ ਹੋਰੀ ਅਤੇ ਭਾਈ ਬਦਨ ਸਿੰਘ ਹੋਰੀ, ਉਹ 6 ਸਤੰਬਰ 1914 ਨੂੰ ਸ਼ਹੀਦ ਹੋ ਗਿਆ, ਕਿਉਂਕਿ 5 ਸਤੰਬਰ 1914 ਨੂੰ ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਸੀ ਗੁਰਦੁਆਰੇ ਦੇ ਵਿੱਚ ਬੇਲਾ ਸਿੰਘ ਵੱਲੋਂ, ਅਤੇ ਉਹ ਤੋਂ ਅਗਲੇ ਦਿਨ ਉਹ ਸ਼ਹੀਦ ਹੋ ਗਏ ਸੀ। ਲੇਕਿਨ ਜਿਹੜਾ ਆਪਣੀ ਮਰਜ਼ੀ ਨਾਲ ਸੋਚ ਸਮਝ ਕੇ ਉਹਨਾਂ ਨੂੰ ਪਤਾ ਸੀ ਕਿ ਜਦੋਂ ਮੈਂ ਹੌਪਕਿੰਸ ਨੂੰ ਮਾਰ ਰਿਹਾ ਕਿ ਮੈਨੂੰ ਫਾਂਸੀ ਚੜ੍ਹਨਾ ਪਏਗਾ, ਉਸ ਪੱਖੋਂ ਇਸ ਤਰ੍ਹਾਂ ਸੋਚ ਸਮਝ ਕੇ ਜਿਹੜੇ ਸ਼ਹੀਦ ਹੋਣ ਵਾਲੇ ਉਹ ਭਾਈ ਮੇਵਾ ਸਿੰਘ ਹੀ ਸੀ। ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਲੋਪੋਕੇ ਤੋਂ ਚੰਗੇ ਜੀਵਨ ਦੀ ਆਸ ਨਾਲ ਭਾਈ ਮੇਵਾ ਸਿੰਘ 1906 ਵਿੱਚ ਵੈਨਕੂਵਰ ਪਹੁੰਚੇ ਅਤੇ ਉਹਨਾਂ ਹੋਰਨਾਂ ਭਾਰਤੀਆਂ ਵਾਂਗ ਨਿਊ ਵੈਸਟ ਮਿਸਟਰ ਵਿੱਚ ਪੈਂਦੀ ਫਰੇਜ਼ਰ ਮਿੱਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਸਿੱਖਾਂ ਦੀ ਵੈਨਕੂਵਰ ਵਿੱਚ ਵੱਧ ਰਹੀ ਆਬਾਦੀ ਕਾਰਨ ਕੁਝ ਸਿੱਖਾਂ ਨੇ ਰਲ ਕੇ ਵੈਨਕੂਵਰ ਵਿੱਚ 2nd Avenue 'ਤੇ ਗੁਰੂ ਘਰ ਉਸਾਰਨ ਦਾ ਤਹੱਈਆ ਕੀਤਾ, ਜਿਸ ਲਈ ਹੋਰਨਾਂ ਸਿੱਖਾਂ ਦੀ ਤਰ੍ਹਾਂ ਭਾਈ ਮੇਵਾ ਸਿੰਘ ਉਗਰਾਹੀ ਕਰਨ ਲਈ ਪਹਿਲੀ ਕਤਾਰ ਵਿੱਚ ਮੋਹਰੀ ਸਨ। 1907-08 ਦੇ ਵਿੱਚ ਗੁਰਦੁਆਰਾ ਬਣਿਆ, ਜਨਵਰੀ ਦੇ ਵੀ ਖੁੱਲ੍ਹਾ। ਨੌਰਥ ਅਮਰੀਕਾ ਦਾ ਸਭ ਤੋਂ ਪਹਿਲਾ ਗੁਰਦੁਆਰਾ ਸੀ ਵੈਨਕੂਵਰ ਦੇ ਵਿੱਚ। ਇਹਨੂੰ ਬਣਾਉਣ ਦੇ ਵਿੱਚ ਉਹਨਾਂ ਨੇ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਬੜੇ ਧਾਰਮਿਕ ਖਿਆਲਾਂ ਵਾਲੇ ਸੀ। ਗੁਰਦੁਆਰਾ ਬਣਨ ਤੋਂ ਬਾਅਦ ਜਦੋਂ ਸੰਤ ਤੇਜਾ ਸਿੰਘ ਜੀ ਇੱਥੇ ਆਏ, ਉਦੋਂ ਉਹਨਾਂ ਨੇ ਜੂਨ 1908 ਦੇ ਵਿੱਚ ਅੰਮ੍ਰਿਤ ਛਕਿਆ। ਉਹ ਹੁਣ ਤਾਂ ਪਾਣੀ ਸਿਰ ਤੋਂ ਦੀ ਲੰਘ ਗਿਆ। ਆ ਗੋਰੀ ਚਮੜੀ ਵਾਲਿਆਂ ਨੇ ਸਾਡਾ ਜਿਉਣਾ ਹਰਾਮ ਕਰ ਦਿੱਤਾ। ਹੋਰਨਾਂ ਭਾਰਤੀਆਂ ਵਾਂਗ ਭਾਈ ਮੇਵਾ ਸਿੰਘ ਵੀ ਇਸ ਸੋਚ ਦੇ ਮੁਦਈ ਸਨ ਕਿ ਅੰਗਰੇਜ਼ਾਂ ਦੇ ਇਸ ਮੁਲਕ ਵਿੱਚ ਉਹ ਸਿਰਫ਼ ਅਤੇ ਸਿਰਫ਼ ਗੁਲਾਮ ਹਨ। 1910 ਤੋਂ ਬਾਅਦ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਅੰਦਰ ਵੀ ਅੱਗ ਸੁਲਗ ਰਹੀ ਸੀ ਕਿ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਿੰਝ ਕਰਵਾਇਆ ਜਾਵੇ, ਕਿੰਝ ਗੁਲਾਮੀ ਦੀਆਂ ਜ਼ੰਜੀਰਾਂ ਤੋੜੀਆਂ ਜਾਣ। ਇਸ ਹੀ ਮਕਸਦ ਬਾਬਤ ਹੋਰਨਾਂ ਗਦਰੀਆਂ ਤੋਂ ਇਲਾਵਾ ਉਹ ਯੂਨਾਈਟਿਡ ਇੰਡੀਆ ਲੀਗ ਦੇ ਹਸਨ ਰਹੀਮ ਨਾਲ ਮਿਲ ਕੇ ਜਾਗਰਤੀ ਫੈਲਾ ਰਹੇ ਸਨ। ਮੈਨੂੰ ਇੱਕ ਖਬਰ ਮਿਲੀ ਹੈ, ਆਪਣੇ ਲੋਕਾਂ ਦਾ ਜਹਾਜ਼ ਭਰਿਆ ਵੈਨਕੂਵਰ ਵੱਲ ਨੂੰ ਆ ਰਿਹਾ। 1914 ਵਿੱਚ ਕਾਮਾਂਗਾਟਾ ਮਾਰੂ ਜਹਾਜ਼ ਜਦੋਂ ਵੈਨਕੂਵਰ ਪਹੁੰਚਿਆ ਤਾਂ ਸ਼ੋਰ ਕਮੇਟੀ ਨੂੰ ਉਮੀਦ ਸੀ ਕਿ ਸ਼ਾਇਦ ਉਹ ਅਦਾਲਤ ਵਿੱਚ ਮੁਕੱਦਮਾ ਜਿੱਤ ਜਾਣਗੇ, ਪਰ ਸਰਕਾਰੀ ਮੁਲਾਜ਼ਮ ਮੈਲਕਮ ਰੀਡ ਅਤੇ ਅੰਗਰੇਜ਼ੀ ਹਿੰਦੀ ਭਾਸ਼ਾ ਦਾ ਦੁਭਾਸ਼ੀਆ ਇਮੀਗ੍ਰੇਸ਼ਨ ਇੰਸਪੈਕਟਰ ਵਿਲੀਅਮ ਹਪਕਿੰਸਨ ਕੁਝ ਗਦਾਰ ਸਿੱਖਾਂ ਨਾਲ ਮਿਲ ਕੇ ਇਹੀ ਯਤਨ ਕਰ ਰਹੇ ਸਨ ਕਿ ਇਹ ਜਹਾਜ਼ ਇੱਥੋਂ ਵਾਪਸ ਪਰਤੇ। ਭਾਰਤੀ ਭਾਈਚਾਰੇ ਅਤੇ ਸ਼ੋਰ ਕਮੇਟੀ ਦੀਆਂ ਜਦ ਸਭ ਕੋਸ਼ਿਸ਼ਾਂ ਅਸਫਲ ਰਹੀਆਂ ਤਾਂ ਜਹਾਜ਼ ਨੂੰ 6 ਜੁਲਾਈ 1914 ਨੂੰ ਵਾਪਸ ਭੇਜੇ ਜਾਣ ਦਾ ਹੁਕਮ ਸੁਣਾਇਆ ਗਿਆ,
ਇਸ ਨਿਰਾਸ਼ਾਜਨਕ ਖਬਰ ਨੇ ਭਾਰਤੀ ਭਾਈਚਾਰੇ ਦੇ ਜ਼ਖਮ ਵਲੁੰਦਰ ਕੇ ਰੱਖ ਦਿੱਤੇ। ਵੈਨਕੂਵਰ ਦੇ ਗਦਰੀ ਇਸ ਸੋਚ ਦੇ ਧਾਰਨੀ ਸਨ ਕਿ ਭਾਰਤ ਵਿੱਚ ਗਦਰ ਤਾਂ ਹੀ ਸਿਰੇ ਲੱਗ ਸਕਦਾ ਹੈ ਜੇਕਰ ਭਾਰਤੀਆਂ ਤੱਕ ਗਦਰ ਲਿਟਰੇਚਰ ਅਤੇ ਹਥਿਆਰ ਪਹੁੰਚਣ ਅਤੇ ਕਾਮਾਗਾਟਾ ਮਾਰੂ ਦੀ ਵਤਨ ਵਾਪਸੀ ਦੁਆਰਾ ਉਹਨਾਂ ਦੀ ਇਸ ਆਸ ਨੂੰ ਬੂਰ ਲੱਗਿਆ। ਮੇਵਾ ਸਿੰਘ ਜੀ, ਜਦੋਂ ਧੂਣੀ ਤੁਖਦੀ ਹੋਵੇ ਬਸ ਫਿਰ ਹਵਾ ਦੇਣ ਦੀ ਲੋੜ ਹੈ। ਕੀ ਮਤਲਬ ਅਧੀਨ ਜੀ? ਇਹ ਸਹੀ ਸਮਾਂ ਹੈ। ਆਪਾਂ ਨੂੰ ਹਥਿਆਰ ਕਾਮਾਗਾਟਾ ਮਾਰੂ ਦੁਆਰਾ ਭਾਰਤ ਭੇਜਣੇ ਚਾਹੀਦੇ ਹਨ। ਇਸ ਹੀ ਟੀਚਰ ਮੁਕੰਮਲ ਕਰਨ ਦੇ ਇਰਾਦੇ ਨਾਲ ਭਾਗ ਸਿੰਘ, ਬਲਵੰਤ ਸਿੰਘ, ਹਰਨਾਮ ਸਿੰਘ ਸਾਰੀ ਅਤੇ ਮੇਵਾ ਸਿੰਘ ਲੋਪੋ ਕੇ 16 ਜੁਲਾਈ 1914 ਵਾਲੇ ਦਿਨ ਐਬਰਸਫੋਰਡ ਲਾਗੇ ਬਾਰਡਰ ਪਾਰ ਕਰਕੇ ਅਮਰੀਕਾ ਦੇ ਸ਼ਹਿਰ ਸੁਮਾਸ ਜਾ ਵੜੇ। ਸੂਹ ਮਿਲਣ 'ਤੇ ਅਮਰੀਕਾ ਦੀ ਪੁਲਿਸ ਨੇ ਭਾਗ ਸਿੰਘ, ਬਲਵੰਤ ਸਿੰਘ ਅਤੇ ਹਰਨਾਮ ਸਿੰਘ ਸਾਰੀ ਨੂੰ ਅਮਰੀਕਾ ਵਿੱਚ ਹੀ ਗ੍ਰਿਫਤਾਰ ਕਰ ਲਿਆ, ਪਰ ਅੱਖ ਬਚਾ ਕੇ ਨਿਕਲੇ ਭਾਈ ਮੇਵਾ ਸਿੰਘ ਲੋਪੋਕੇ ਨੂੰ 2 ਰਿਵਾਲਵਰਾਂ ਅਤੇ 500 ਕਾਰਤੂਸਾਂ ਸਮੇਤ ਉਦੋਂ ਗ੍ਰਿਫਤਾਰ ਕੀਤਾ ਜਦ ਉਹ ਅਮਰੀਕਾ ਦਾ ਬਾਰਡਰ ਪਾਰ ਕਰਕੇ ਕੈਨੇਡਾ ਵਿੱਚ ਵੜ ਰਹੇ ਸਨ ਅਤੇ ਉਹਨਾਂ ਨੂੰ ਨਿਊ ਵੈਸਟਮਿੰਸਟਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਇਮੀਗ੍ਰੇਸ਼ਨ ਇੰਸਪੈਕਟਰ ਵਿਲੀਅਮ ਹੌਪਕਿੰਸਨ ਹੁਣ ਇਸੇ ਸਮੇਂ ਤਾਂਗ ਵਿੱਚ ਸੀ ਕਿ ਭਾਈ ਮੇਵਾ ਸਿੰਘ ਲੋਪੋਕੇ ਦੇ ਦਬਾਅ ਵਧਾ ਕੇ ਉਸ ਨੂੰ ਕਿਵੇਂ ਆਪਣੇ ਖੇਮੇ ਵਿੱਚ ਰਲਾਇਆ ਜਾ ਸਕੇ। ਮੇਵਾ ਸਿੰਘ, ਜੇ ਤੂੰ ਚਾਹੇ ਤਾਂ ਤੇਰੇ ਇਸ ਜੁਰਮ ਲਈ ਮੈਂ ਤੈਨੂੰ ਜੇਲ੍ਹ ਦੀ ਸਜ਼ਾ ਤੋਂ ਬਚਾ ਸਕਦਾ। ਬਸ ਤੂੰ ਸਿਰਫ ਇੰਨਾ ਹੀ ਬਿਆਨ ਦੇਣਾ ਕਿ ਇਹ ਹਥਿਆਰ ਤੂੰ ਭਾਗ ਸਿੰਘ, ਹਰਨਾਮ ਸਿੰਘ ਅਤੇ ਬਲਵੰਤ ਸਿੰਘ ਦੇ ਕਹਿਣ 'ਤੇ ਕੈਨੇਡਾ ਲੈ ਕੇ ਆਇਆ ਅਤੇ ਅੱਗੋਂ ਇਹ ਹਥਿਆਰ ਉਹਨਾਂ ਨੇ ਹਸਨ ਰਹੀਮ ਨੂੰ ਦੇਣੇ ਸਨ। ਇਫ ਯੂ ਡੂ ਦਿਸ ਫਾਰ ਮੀ, ਆਈ ਵਿਲ ਪ੍ਰੋਟੈਕਟ ਯੂ। ਮਿਸਟਰ ਹਪਕਿੰਸਨ, ਤੂੰ ਇੱਕ ਗੁਰੂ ਦੇ ਸਿੱਖ ਨੂੰ ਝੂਠ ਬੋਲਣ ਲਈ ਕਹਿ ਰਿਹਾ ਅਤੇ ਮੈਨੂੰ ਮੇਰੇ ਲੋਕਾਂ ਦੇ ਖਿਲਾਫ਼ ਭੜਕਾ ਕੇ ਵਰਤਣਾ ਚਾਹੁੰਦਾ? ਹਪਕਿੰਸਨ, ਮੈਂ ਤੇਰੀਆਂ ਸਭ ਚਾਲਾਂ ਤੋਂ ਵਾਕਫ ਹਾਂ। ਤੂੰ ਭਾਵੇਂ ਮੇਰੇ ਟੁਕੜੇ ਟੁਕੜੇ ਕਰ ਦੇ, ਮੈਂ ਕੁਫਰ ਹਰਗਜ਼ ਨਹੀਂ ਤੋਲਾਂਗਾ। ਜਿਹੜਾ ਕੈਨੇਡਾ ਗਵਰਨਰ ਜਨਰਲ ਸੀ, ਡਿਊਕ ਆਫ ਕਨਾਟ, ਜਿਹਦੇ ਨਾਂ 'ਤੇ ਆਪਣੇ ਦਿੱਲੀ ਵਿੱਚ ਕਨਾਟ ਪਲੇਸ ਬਣਾਇਆ ਹੋਇਆ, ਉਹ ਡਿਊਕ ਆਫ ਕਨਾਟ ਨੇ ਉਹ ਰਾਣੀ ਵਿਕਟੋਰੀਆ ਦਾ ਛੋਟਾ ਪੁੱਤ ਸੀ, ਇੰਗਲੈਂਡ ਦਾ ਜਿਹੜਾ ਬਾਦਸ਼ਾਹ ਸੀ ਕਿੰਗ ਜੌਰਜ, ਉਹਦਾ ਚਾਚਾ ਸੀ। ਉਹਨੇ ਚਿੱਠੀ ਲਿਖੀ ਸੀ ਕਲੋਨੀਅਲ ਸੈਕਟਰੀ ਨੂੰ ਇੰਗਲੈਂਡ ਦੇ ਵਿੱਚ ਕਿ ਜਿਹੜਾ ਹਪਕਿੰਸਨ ਆ ਇਹ ਬਹੁਤ ਹੀ ਮਹੱਤਵਪੂਰਨ ਅਫਸਰ ਆ, ਇਹ ਬਹੁਤ ਮਹੱਤਵਪੂਰਨ ਕੰਮ ਕਰ ਰਿਹਾ, ਇਹਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਸਾਡੀ ਹੋਣੀ ਚਾਹੀਦੀ ਆ, ਜੇ ਇਹਨੂੰ ਕੋਈ ਨੁਕਸਾਨ ਹੋ ਗਿਆ ਤਾਂ ਜਿਹੜਾ ਸਾਡਾ CID ਦਾ ਢਾਂਚਾ ਆ ਉਹ ਢਹਿ ਢੇਰੀ ਹੋ ਜਾਵੇਗਾ। ਵਿਲੀਅਮ ਹਪਕਿੰਸਨ ਇੱਕੋ ਹੀ ਸਮੇਂ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਭਾਰਤ ਵਿੱਚ ਗੋਰੀ ਸਰਕਾਰ ਲਈ ਜਾਸੂਸੀ ਦਾ ਕੰਮ ਇਸੇ ਮਕਸਦ ਲਈ ਹੀ ਕਰਦਾ ਸੀ ਤਾਂ ਜੋ ਉਹ ਉੱਤਰੀ ਅਮਰੀਕਾ ਵਿੱਚ ਉੱਠਣ ਵਾਲੀ ਹਰ ਇੱਕ ਬਗਾਵਤੀ ਸੁਰ ਨੂੰ ਦਬਾ ਸਕੇ ਅਤੇ ਗਦਰੀਆਂ ਦੀ ਆਵਾਜ਼ ਅਤੇ ਉਹਨਾਂ ਦਾ ਸੰਘਰਸ਼ ਦਬਾਉਣ ਲਈ ਉਹ ਘਟੀਆ ਤੋਂ ਘਟੀਆ ਵਸੀਲਾ ਵਰਤਣ ਤੋਂ ਵੀ ਇਨਕਾਰੀ ਨਹੀਂ ਸੀ। ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੈ ਕਿ ਹਪਕਿੰਸਨ ਦੀਆਂ ਨਾਪਾਕ ਕੋਸ਼ਿਸ਼ਾਂ ਦਾ ਸਿੱਟਾ ਸੀ ਕਿ ਗਦਰ ਲਹਿਰ ਦੇ ਸਿਰਕਾ ਡਾਗੂ ਤਾਰਕਨਾ ਦਾਸ, ਭਗਵੰਤ ਸਿੰਘ ਪ੍ਰੀਤਮ ਅਤੇ ਹਸਨ ਰਹੀਮ ਨੂੰ ਕੈਨੇਡਾ ਤੋਂ ਦੇਸ਼ ਨਿਕਾਲਾ ਮਿਲਿਆ। ਕਾਮਾਗਾਟਾ ਮਾਰੂ ਜਹਾਜ਼ ਨੂੰ ਵਾਪਸ ਭੇਜੇ ਜਾਣ ਦੀ ਘਟਨਾ ਵਿੱਚ ਹਪਕਿੰਸਨ ਵੱਲੋਂ ਨਿਭਾਈ ਗਈ ਭੂਮਿਕਾ ਕਾਰਨ ਹੀ ਉਹ ਹੁਣ ਭਾਰਤੀਆਂ ਦੀਆਂ ਅੱਖਾਂ ਵਿੱਚ ਸੂਲ ਬਣ ਕੇ ਰੜਕ ਰਿਹਾ ਸੀ। ਹਪਕਿੰਸਨ ਵੱਲੋਂ ਗਦਰੀਆਂ ਖਿਲਾਫ਼ ਵਰਤੇ ਜਾ ਰਹੇ ਹੱਥਕੰਡਿਆਂ ਕਾਰਨ ਉਹ ਦੁਸ਼ਮਣਾਂ ਪੱਖੋਂ ਗਦਰ ਲਹਿਰ ਦੇ ਆਗੂਆਂ ਦੀ ਲਿਸਟ ਵਿੱਚ ਹੁਣ ਪਹਿਲੇ ਨੰਬਰ ਦਾ ਵੈਰੀ ਬਣ ਗਿਆ। ਹਪਕਿੰਸਨ ਹੁਣੀ ਸੀ ਇਹ ਚਾਹੁੰਦੇ ਸੀ ਕਿ ਕੋਈ ਵੀ ਹਿੰਦੁਸਤਾਨੀ ਕੈਨੇਡਾ ਜਾਂ ਅਮਰੀਕਾ ਛੱਡ ਕੇ ਹਿੰਦੁਸਤਾਨ ਨਾ ਪਹੁੰਚ ਸਕੇ, ਗਦਰ ਦੇ ਵਿੱਚ ਸ਼ਾਮਲ ਨਾ ਹੋ ਸਕੇ। ਖਾਸ ਤੌਰ 'ਤੇ ਜਿਹੜਾ ਗਦਰ ਪਾਰਟੀ ਦੇ ਲੀਡਰਸ਼ਿਪ ਸੀ ਕੈਨੇਡਾ ਦੇ ਵਿੱਚ, ਭਾਈ ਬਲਵੰਤ ਸਿੰਘ, ਭਾਈ ਭਾਗ ਸਿੰਘ ਹੋਰੀ, ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਸੀ। ਅਤੇ ਜਦੋਂ ਜਿਹੜੇ ਆਪਣੇ ਇਮੀਗ੍ਰੈਂਟ ਸੀ ਨਾ ਇੱਥੋਂ ਜਹਾਜ਼ਾਂ ਦੇ ਉੱਤੇ ਚੜ੍ਹ ਰਹੇ ਸੀ ਵਿਕਟੋਰੀਆ ਜਾਂ ਵੈਨਕੂਵਰ ਦੇ ਘਾਟਾਂ ਤੋਂ, ਉਸ ਮੌਕੇ ਹਪਕਿੰਸਨ ਜਾਂ ਤਾਂ ਆਪ ਉੱਥੇ ਪਹੁੰਚਾਇਆ ਹੁੰਦਾ ਸੀ ਜਾਂ ਬੇਲਾ ਸਿੰਘ ਭੇਜਿਆ ਹੁੰਦਾ ਸੀ, ਅਤੇ ਇਹਨਾਂ ਨੇ ਜੇਬ ਦੇ ਵਿੱਚ ਪਿਸਤੌਲ ਫਸਾਏ ਹੁੰਦੇ ਸੀ ਅਤੇ ਜਾਣ ਕੇ ਬਾਹਰ ਨੂੰ ਦਿਖਾਲਦੇ ਸੀ
ਅਤੇ ਪਿਸਤੌਲ ਆ ਸਾਡੇ ਕੋਲ ਹੱਥ 'ਚ ਕਾਪੀ ਫੜੀ ਹੁੰਦੀ ਸੀ ਅਤੇ ਜਿਹੜਾ ਵੀ ਜਹਾਜ਼ 'ਤੇ ਚੜ੍ਹਦਾ ਉਹਦਾ ਨਾਂ ਨੋਟ ਕਰੀ ਜਾਂਦੇ ਸੀ, ਲਿਸਟਾਂ ਬਣਾਉਂਦੇ ਸੀ, ਡਰਾਉਂਦੇ ਧਮਕਾਉਂਦੇ ਸੀ, ਲੇਕਿਨ ਗਦਰੀ ਫੇਰ ਵੀ ਚੜ੍ਹੀ ਜਾਂਦੇ ਸੀ ਜਹਾਜ਼ਾਂ ਦੇ ਉੱਤੇ ਅਤੇ ਉਹ ਲਿਸਟਾਂ ਇਹਨਾਂ ਨੇ ਫਿਰ ਹਿੰਦ ਸਰਕਾਰ ਨੂੰ ਭੇਜੀਆਂ ਸੀ, ਜਿਹਦੇ ਨਾਲ ਫਿਰ ਉੱਥੇ ਜਿਹੜੇ ਸਾਡੇ ਗਦਰੀ ਸੀ ਇਹ ਫੜੇ ਜਾਂਦੇ ਸੀ ਕਿਉਂਕਿ ਲਿਸਟਾਂ ਪਹਿਲਾਂ ਹੀ ਪਹੁੰਚੀਆਂ ਹੋਈਆਂ ਸੀ। ਅਤੇ ਹੌਪਕਿਨਸਨ ਵੱਲੋਂ ਭਾਈ ਭਾਗ ਸਿੰਘ ਹੁਣ ਦਾ ਰੋਕਣਾ ਬਹੁਤ ਜ਼ਰੂਰੀ ਸੀ। ਗਦਰੀ ਹੁਣ ਭਾਰਤ ਨਾ ਜਾਣ, ਇਸੇ ਨੂੰ ਰੋਕਣ ਲਈ ਮੈਲਕਮ ਰੀਡ ਅਤੇ ਵਿਲੀਅਮ ਹੌਪਕਿਨਸਨ ਦੀ ਸ਼ਹਿ 'ਤੇ ਸਿੱਖ ਕੌਮ ਦੇ ਵੱਡੇ ਗੱਦਾਰ ਬੇਲਾ ਸਿੰਘ ਨੇ 5 ਸਤੰਬਰ ਵਾਲੇ ਦਿਨ ਗੁਰੂ ਘਰ ਦੇ ਭਰੇ ਹੋਏ ਦੀਵਾਨ ਵਿੱਚ ਸ਼ਰੇਆਮ ਗੋਲੀਆਂ ਚਲਾ ਕੇ 9 ਬੰਦਿਆਂ ਨੂੰ ਜ਼ਖਮੀ ਕਰ ਦਿੱਤਾ। ਜ਼ਖਮਾਂ ਦੀ ਤਾਬ ਨਾ ਝੱਲਦਿਆਂ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਭਾਗ ਸਿੰਘ ਭਿੱਖੀਵਿੰਡ ਅਤੇ ਇੱਕ ਹੋਰ ਸਿੱਖ ਭਾਈ ਬਦਨ ਸਿੰਘ ਦੀ ਮੌਤ ਹੋ ਗਈ। ਜੇ ਦਲੇਲ ਸਿੰਘ ਵਾਲਾ ਨਾ ਜਿਹੜਾ ਸੱਜਣ ਬਦਨ ਸਿੰਘ ਇਹ ਨਾਂ ਆਉਂਦੇ ਤਾਂ ਬੇਲਾ ਸਿੰਘ ਦਾ ਦੂਜਾ ਟਾਰਗੇਟ ਭਾਈ ਬਲਵੰਤ ਸਿੰਘ ਸੀ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸੀ, ਕਿਉਂਕਿ ਇਹ ਦੋਨੇ ਲੀਡਰ ਸੀ ਨਾ, ਭਾਈ ਭਾਗ ਸਿੰਘ ਅਤੇ ਭਾਈ ਬਲਵੰਤ ਸਿੰਘ, ਉਹਨਾਂ ਨੂੰ ਵੀ ਇਹਨੇ ਮਾਰਨਾ ਸੀ। ਸਾਡੇ ਧਰਮ ਦਾ ਇੰਨਾ ਅਪਮਾਨ ਕਿ ਕੋਈ ਗੱਦਾਰ ਗੋਲੀਆਂ ਚਲਾ ਕੇ ਸਾਡੇ ਧਰਮ ਦੀ ਬੇਅਦਬੀ ਕਰੇ ਅਤੇ ਮੈਂ ਚੁੱਪ ਚਾਪ ਦੇਖਦਾ ਰਹਾਂ। ਮੈਂ ਇੰਨਾ ਬੁੱਧਲ ਹੋ ਗਿਆ ਕਿ ਮੈਂ ਆਪਣੇ ਧਰਮ ਲਈ ਕੁਝ ਵੀ ਨਹੀਂ ਕਰ ਸਕਦਾ। ਮੇਰੇ ਸੀਨੇ ਅੰਦਰ ਅੱਗ ਭੜਕ ਰਹੀ ਹੈ, ਅੱਗ ਪਤਾ ਨਹੀਂ ਕਦੋਂ ਬੁਝੇਗੀ।